ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਜੋ ਦਿੱਸੇ ਗੁਰ ਸਿਖੜਾ ਤਿਸ ਨਿਵਨ ਬ ਲਾਗੂ ਪਾਉ ਜੀਓ ਅੱਜ ਦਾਸ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੀ ਅੰਤਰਜਮਤਾ ਦਾ ਜੋ ਜ਼ਿਕਰ ਆ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੀ ਮਿੱਠ ਬੋਲੀ ਬਾਣੀ ਭਾਈ ਸਾਹਿਬ ਹੁਣਾਂ ਦੇ ਪਰਪਕਾਰ ਔਰ ਭਾਈ ਸਾਹਿਬ ਹੁਣਾਂ ਦਾ ਜੀਵਨ ਇੱਕ ਬਹੁਤ ਵੱਡੇ ਬ੍ਰਹਮ ਗਿਆਨੀ ਗੁਰ ਸਿੱਖਾਂ ਵਰਗਾ ਇਹ ਸਾਰੀਆਂ ਸੰਗਤਾਂ ਜਾਣਦੀਆਂ ਹੈ ਔਰ ਆਪ ਦੀ ਅੰਤਰਜਮਤਾ ਵੀ ਸਾਰੀਆਂ ਸੰਗਤਾਂ ਜਾਣਦੀਆਂ ਪਰ ਭਾਈ ਸਾਹਿਬ ਹੁਣਾਂ ਨੇ ਆਪਣੇ ਆਪ ਨੂੰ ਇਸ ਸੰਸਾਰ ਦੇ ਵਿੱਚ ਕਦੇ ਨਹੀਂ ਜਨਾਇਆ ਨਾ ਕਦੇ ਇਸ ਗੱਲ ਦਾ ਜ਼ਿਕਰ ਕੀਤਾ ਹਮੇਸ਼ਾ ਵਾਹਿਗੁਰੂ ਦੇ ਸ਼ੁਕਰੀਏ ਦੇ ਵਿੱਚ ਰਹੇ ਸੋ ਭਾਈ ਸਾਹਿਬ ਹੁਣਾਂ ਦੀ ਮਿੱਠ ਬੋਲੀ ਬਾਣੀ ਔਰ ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਹਰੇਕ ਗੁਰਸਿੱਖ ਦਾ ਮਨ ਜਿਹੜਾ ਉਹ ਪ੍ਰੇਮ ਦੇ ਨਾਲ ਦਰਬ ਜਾਂਦਾ ਹੈ। ਸੋ ਭਾਈ ਸਾਹਿਬ ਉਹਨਾਂ ਦੀ ਅੰਤਰਜਾਮਤਾ ਤੋਂ ਪਤਾ ਲੱਗਦਾ ਕਿ ਭਾਈ ਸਾਹਿਬ ਹੁਣ ਸਭ ਕੁਝ ਜਾਣਦੇ ਹੋ ਵੀ ਕਿਵੇਂ ਨਿਮਰਤਾ ਦੇ ਵਿੱਚ ਰਹਿੰਦੇ ਸੀਗੇ। ਇੱਕ ਵਾਰ ਦੱਸਦੇ ਜਾ ਕਿ ਇੱਕ ਨਾ ਭਾਈ ਸਾਹਿਬ ਉਹਨਾਂ ਦਾ ਮਿੱਤਰ ਜਿਹੜਾ ਸੀਗਾ ਇਹ ਭਾਈ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਆਇਆ। ਜਦ ਮਿਲਣ ਵਾਸਤੇ ਆਇਆ ਤੇ ਉਹਦੀ ਘਰ ਵਾਲੀ ਨੇ ਭਾਈ ਸਾਹਿਬ ਜੀ ਦੇ ਵਾਸਤੇ ਉਹਨਾਂ ਸਮੇਂ ਆ ਦੇ ਵਿੱਚ ਗੁੜ ਦੇ ਸ਼ੱਕਰਪਾਰੇ ਬਣਾ ਕੇ ਦਿੱਤੇ ਜਦੋਂ ਮਿੱਤਰ ਸ਼ੱਕਰਪਾਰੇ ਲੈ ਕੇ ਅਮਰitsar ਭਾਈ ਸਾਹਿਬ ਉਹਨਾਂ ਦੇ ਪਾਸ ਪਹੁੰਚਿਆ ਤੇ ਉਹਨੇ ਆ ਕੇ ਦੇਖਿਆ ਕਿ ਭਾਈ ਸਾਹਿਬ ਜੀ ਦੇ ਪਾਸ ਬੜੀ ਸੰਗਤ ਬੈਠੀ ਆ ਔਰ ਬੜੀਆਂ ਕੀਮਤੀ ਕੀਮਤੀ ਪਟਾਵਾ ਜਿਹੜੀਆਂ ਉਹ ਸਾਰਿਆਂ ਨੇ ਪੇਠਾ ਕੀਤੀਆਂ ਹੈ ਇਸ ਕਰਕੇ ਇਸ ਮਿੱਤਰ ਦੇ ਪਾਸ ਸ਼ੱਕਰਪਾਰੇ ਸਗੇ ਮਨ ਚ ਸੋਚਿਆ ਵੀ ਦੇਖੋ ਮੇਰੇ ਪਾਸ ਗੁੜ ਦੇ ਸ਼ੱਕਰਪਾਰੇ ਆ ਅਗਰ ਮੈਂ ਭਾਈ ਸਾਹਿਬ ਜੀ ਦੇ ਅੱਗੇ ਰੱਖਾਂਗਾ ਤੇ ਇਹ ਤਾਂ ਬੜੀ ਮੇਰੇ ਵਾਸਤੇ ਹੀਣ ਭਾਵਨਾ ਵਾਲੀ ਗੱਲ ਹੋਊਗੀ ਇਸ ਕਰਕੇ ਭਾਈਸਾਹਬ ਹੁਣਾਂ ਦੇ ਮਿੱਤਰ ਨੇ ਇਹਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਚੁੱਪ ਕਰਕੇ ਭਾਈਸਾਹਬ ਹੁਣਾਂ ਦੇ ਪਾਸ ਬੈਠ ਕੇ ਭਾਈਸਾਹਬ ਹੁਣਾਂ ਦੇ ਬਚਨ ਸਰਵਣ ਕਰਦੇ ਰਹੇ ਜਦ ਬਚਨ ਸਰਵਣ ਕਰਦੇ ਰਹੇ ਉਸ ਤੋਂ ਬਾਅਦ ਕੀ ਹੋਇਆ ਕਿ ਭਾਈਸਾਹਬ ਹੁਣਾਂ ਨੇ ਫਿਰ ਆਪ ਹੀ ਆਪਣੀ ਮਿੱਤਰ ਨੂੰ ਆਖ ਦਿੱਤਾ ਕਹਿਣ ਲੱਗੇ ਵੀ ਸੱਜਣਾ ਦੱਸ ਸਾਡੀ ਭਝਾਈ ਨੇ ਮੇਰੇ ਵਾਸਤੇ ਕੀ ਭੇਜਿਆ ਹੈ ਖਾਣ ਵਾਸਤੇ ਜਦ ਇੰਨੀ ਗੱਲ ਹੋਈ ਤਾਂ ਇਹਨਾਂ ਦੇ ਮਿੱਤਰ ਜਿਹੜੇ ਸੀ ਉਹ ਚੌਂਕ ਗਏ ਇਹ ਗੱਲ ਸੁਣ ਕੇ ਤੇ ਲੇਕਿਨ ਮੂੰਹੋਂ ਕੁਝ ਨਹੀਂ ਬੋਲੇ ਤੇ ਭਾਈ ਸਾਹਿਬ ਹੁਣਾਂ ਨੇ ਜਿਹੜੇ ਗੁੜ ਦੇ ਬਣੇ ਸ਼ੱਕਰ ਪਾਰੇ ਸੀ ਹਨ ਉਹ ਜੇ ਇਸ ਥੈਲੇ ਵਿੱਚ ਰੱਖੇ ਸੀ ਕਿ ਉਸ ਥੈਲੇ ਨੂੰ ਹੱਥ ਪਾ ਲਿਆ ਤੇ ਨਾਲ ਹੱਸਦੇ ਕਹਿਣ ਲੱਗੇ ਕਦੀ ਹੋਈ ਨਹੀਂ ਸਕਦਾ ਕਿ ਸਾਡੀ ਪਰਜਾਈ ਸਾਡੇ ਵਾਸਤੇ ਖੁਰਖਾਣ ਵਾਸਤੇ ਨਾ ਭੇਜ ਦੇ ਤੇ ਉਸੇ ਟਾਈਮ ਭਾਈ ਸਾਹਿਬ ਹੁਣਾਂ ਨੇ ਉਹ ਸ਼ੱਕਰ ਪਾਰੇ ਦਾ ਜਿਹੜਾ ਝੋਲਾ ਸੀਗਾ ਉਹ ਹੱਥ ਤੇ ਫੜ ਕੇ ਬੜੇ ਪਿਆਰ ਦੇ ਨਾਲ ਇੱਕ ਦੋ ਸ਼ੱਕਰਪਾਰੇ ਖਾਦੇ ਤੇ ਬਾਕੀ ਜਿੰਨੇ ਸਾਡੇ ਸ਼ੱਕਰਪਾਰੇ ਸੀ ਸਾਰੀ ਸੰਗਤ ਦੇ ਵਿੱਚ ਵਰਤਾਰਦੇ ਤੇ ਇਹ ਆ ਭਾਈ ਸਭ ਜੀ ਦੀ ਅੰਤਰਜਾਮਤਾ ਤੋਂ ਪਤਾ ਲੱਗਦਾ ਹੈਗਾ ਕਿ ਕਿਵੇਂ ਸਦਾਮੇ ਵਾਂਗੂ ਜਿਵੇਂ ਕ੍ਰਿਸ਼ਨ ਭਗਵਾਨ ਤੋਂ ਉਹਨੇ ਜਿਹੜੇ ਚੌਲ ਸੀਗੇ ਮੁੱਠੀ ਚੌਲ ਉਹ ਛਪਾਏ ਸੀ ਲੇਕਿਨ ਕਿ ਕ੍ਰਿਸ਼ਨ ਭਗਵਾਨ ਨੇ ਜਿਹੜੇ ਸੀਗੇ ਉਹ ਮੁੱਠੀ ਚਾਵਲ ਸਦਾਮੇ ਤੋਂ ਖੋ ਕੇ ਤੇ ਫੱਕੇ ਮਾਰ ਰਹੇ ਸੀ ਇਹੀ ਸੇਮ ਕਰਿਆ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੇ ਉੱਤੇ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਅੰਦਰ ਆਪਣੇ ਪਿਆਰਿਆਂ ਦੇ ਵਾਸਤੇ ਕਿੰਨੀ ਸ਼ਰਧਾ ਸੀ ਕਿੰਨਾ ਪਿਆਰ ਸੀਗਾ ਪਰ ਅਗਰ ਕੋਈ ਭੇਟਾ ਜਿਹੜੀ ਸੀ ਉਹ ਲੁਕੋ ਕੇ ਰੱਖਦਾ ਸੀਗਾ ਕਿ ਇਹ ਭੇਟਾ ਦੂਸਰੀਆਂ ਪਟਾਵਾਂ ਦੇ ਬਦਲੇ ਉਤਸ ਹੈਗੀ ਆ ਪਰ ਭਾਈ ਸਾਹਿਬ ਹੁਣੇ ਉਸ ਪ੍ਰੇਮ ਪਟਾਮ ਦੇ ਬਦਲੇ ਕਿੰਨਾ ਪਿਆਰ ਤੇ ਸਤਿਕਾਰ ਦਿੰਦੇ ਸੀ ਸੋ ਇੱਕ ਵਾਰ ਘਟਨਾ ਦੂਸਰੀ ਇਹ ਹੋਈ ਸੀ ਕਿ ਇੱਕ ਵਾਰ ਇੱਕ ਮੇਜਰ ਉਹਦੇ ਕਨਾਲ ਦਾ ਸਾਥੀ ਫੌਜੀ ਉਹ ਭਾਈ ਸਾਹਿਬ ਹੁਣੇ ਦੇ ਦਰਸ਼ਨ ਕਰਨ ਆਇਆ। ਜੇ ਦਰਸ਼ਨ ਕਰਨ ਆਇਆ ਤੇ ਉਹ ਉਸ ਟਾਈਮ ਉਹ ਮੇਜਰ ਦੇ ਮਨ ਦੇ ਵਿੱਚ ਇਹ ਸਗਾ ਕਿ ਮੈਂ ਭਾਈ ਸਾਹਿਬ ਹੁਣਾਂ ਨੂੰ ਕੁਝ ਸਵਾਲ ਪੁੱਛਣਾ ਹੈ। ਪਰ ਭਾਈ ਸਾਹਿਬ ਹੁਣਾਂ ਦੀ ਕਾਬਲੀਅਤ ਤੇ ਜਦ ਭਾਈ ਸਾਹਿਬ ਹੁਣਾਂ ਦਾ ਮਾਣ ਸਨਮਾਨ ਸੰਗਤ ਦੇ ਵਿੱਚ ਦੇਖ ਕੇ ਉਹ ਮੂੰਹੋਂ ਕੁਝ ਨਹੀਂ ਬੋਲਿਆ ਕਿਉਂਕਿ ਸਵਾਲ ਥੋੜਾ ਜਿਹੜਾ ਸੀ ਉਹਦੇ ਮਨ ਦੇ ਵਿੱਚ ਉਹਨੂੰ ਟੇਡਾ ਲੱਗਦਾ ਸੀ। ਕਿਹੋ ਜਿਹੇ ਟੇਡਾ ਸਵਾਲ ਮੈਂ ਭਾਈ ਸਾਹਿਬ ਜੀ ਨਾਲ ਕਿਵੇਂ ਸਾਂਝਾ ਕਰਾਂਗਾ। ਪਰ ਇਹ ਸਵਾਲ ਉਹਦੇ ਮਨ 'ਚ ਹੀ ਸੀਗਾ। ਤੇ ਉਹਨੇ ਆਪਣੇ ਮਨ ਦੇ ਵਿੱਚ ਦੱਬ ਲਿਆ ਪਰ ਭਾਈ ਸਾਹਿਬ ਹੁਣਾਂ ਨੇ ਸਮਾਂ ਬਜ਼ਾਰ ਕੇ ਉਸ ਮੇਜਰ ਫੌਜੀ ਨੂੰ ਇਹ ਗੱਲ ਆਖ ਦਿੱਤੀ ਉਹ ਕਹਿਣ ਲੱਗੇ ਦੇਖੋ ਜਿਹੜੇ ਅੰਗਰੇਜ਼ ਹੈਗੇ ਆ ਇਹ ਅੰਗਰੇਜ਼ ਜਦ ਹਿੰਦੁਸਤਾਨ ਚੋਂ ਰਹੇ ਆ ਤੇ ਅਸੀਂ ਇਹਨਾਂ ਤੋਂ ਦੀ ਜਿਹੜੀ ਚੰਗੇ ਗੁਣ ਸੀਗੇ ਉਹ ਹਸਨ ਨਹੀਂ ਕੀਤੇ ਸੋ ਜਦੋਂ ਇਹ ਜਿਹੜੇ ਅੰਗਰੇਜ਼ ਸੀਗੇ ਇਹ ਹਿੰਦੁਸਤਾਨ ਛੱਡ ਕੇ ਵਾਪਸ ਆਪਣੇ ਮੋਲਕ ਚਲੇ ਗਏ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਮਾੜੀਆਂ ਗੱਲਾਂ ਸੀਗੀਆਂ ਹਨਾ ਉਹ ਮਾੜੀਆਂ ਗੱਲਾਂ ਅਸੀਂ ਕਹਿੰਦੇ ਸਾਰਿਆਂ ਨੇ ਅੰਗਰੇਜ਼ਾਂ ਦੇ ਪਾਸੋਂ ਲੈ ਲਈਆਂ ਉਹ ਮਾੜੀਆਂ ਗੱਲਾਂ ਕੀ ਆ ਭਾਈ ਸਾਹਿਬ ਹੁਣ ਆਪ ਵੀ ਕਹਿਣ ਲੱਗੇ ਦੇਖੋ ਕਹਿੰਦੇ ਵੀ ਇਹ ਕਿੱਥੋਂ ਦੀ ਚੰਗੀ ਗੱਲ ਹੈ ਕਿ ਕੋਈ ਆਦਮੀ ਕਿਸੇ ਪਰਾਈ ਔਸਤਰੀ ਦੇ ਨਾਲ ਕਲੱਬ ਦੇ ਵਿੱਚ ਡਾਂਸ ਕਰੇ ਇਹੋ ਜਿਹੜਾ ਡਾਂਸ ਜਿਹੜਾ ਹੈਗਾ ਉਹ ਕਾਮ ਤੇਜਨਾਂ ਨੂੰ ਉਤਸ਼ਾਹ ਕਰਦਾ ਹੈਗਾ ਇਦਨਾ ਕਾਮ ਤੇਜਨਾ ਵਧੀ ਕੇ ਘਟਦੀ ਹੈਗੀ ਆ ਇਹੋ ਜਿਹਾ ਡਾਂਸ ਕਹਿੰਦੇ ਵੀ ਦੱਸੋ ਇਹ ਜਿਹੜਾ ਅੰਗਰੇਜ਼ਾਂ ਦਾ ਡਾਂਸ ਹੈਗਾ ਜਿਹਦੇ ਨਾਲ ਕਾਮ ਦੀ ਉਤੇਜਨਾ ਵੱਧਦੀ ਹੈਗੀ ਕਿਸੇ ਪ੍ਰਾਈਸ ਇਸ ਲਈ ਨਾਲ ਡਾਂਸ ਕਰਨ ਦੀ ਉਹ ਕਹਿੰਦੇ ਵੀ ਪ੍ਰਾਈਸ ਨਾਲ ਡਾਂਸ ਕਰਨ ਦੀ ਉਤੇਜਨਾ ਜਿਹੜੀ ਸੀ ਅਸੀਂ ਆਪਣੇ ਮੂਲਖ ਦੇ ਵਿੱਚ ਰੱਖ ਲਈ ਆ ਉਹਨਾਂ ਦਾ ਚੰਗਾ ਗੁਣ ਹਾਸਲ ਨਹੀਂ ਕੀਤਾ ਉਹਨਾਂ ਦੇ ਜਿਹੜੇ ਮੰਦੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਥਾਂ ਦੇ ਵਿੱਚ ਕਹਿੰਦੇ ਅਸੀਂ ਉਹ ਆਪਣੇ ਘਰ ਹਿੰਦੁਸਤਾਨ 'ਚ ਰੱਖ ਲਈ ਆ ਤੇ ਜਿਹੜੀਆਂ ਚੰਗੀਆਂ ਗੱਲਾਂ ਸੀ ਕਹਿੰਦੇ ਅਸੀਂ ਉਹਨਾਂ ਨੂੰ ਭੁੱਲ ਗਏ ਉਹ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਨਹੀਂ ਕੀਤੀਆਂ ਜਦ ਇਸ ਤਰ੍ਹਾਂ ਦੀ ਬਚਾ ਜਿਹੜੀ ਸੀ ਭਾਈ ਸਾਹਿਬ ਹੋਣਾ ਨੇ ਮੇਜਰ ਫੌਜੀ ਨਾਲ ਰੱਖੀ ਉਹ ਫੌਜੀ ਬੜਾ ਹੈਰਾਨ ਹੋਇਆ ਤੇ ਨਾਲ ਦੇ ਸਾਥੀ ਨੂੰ ਕਹਿਣ ਲੱਗਾ ਕਿ ਇਹੋ ਹੀ ਪ੍ਰਸ਼ਨ ਮੇਰੇ ਮਨ ਦੇ ਵਿੱਚ ਹੈਗਾ ਪਰ ਮੇਰਾ ਇਹੋ ਜਿਹਾ ਪ੍ਰਸ਼ਨ ਕਰਨ ਨੂੰ ਭਾਈ ਸਾਹਿਬ ਜੀ ਦੇ ਅੱਗੇ ਹਿਆ ਨਹੀਂ ਸੀ ਪੈਂਦਾ ਕਿ ਮੈਂ ਭਾਈ ਸਾਹਿਬ ਹੋਣਾ ਨੂੰ ਇਹ ਟੇਡਾ ਪ੍ਰਸ਼ਨ ਕਿਵੇਂ ਕਰਾਂ ਪਰ ਭਾਈ ਸਾਹਿਬ ਹੋਣਾ ਨੇ ਬਿਨਾਂ ਕਿਸੇ ਝਿਜਕ ਤੋਂ ਇਹ ਗੱਲ ਜਿਹੜੀ ਹੈ ਸਿੱਧੀ ਸਾਰੀ ਸੰਗਤ ਦੇ ਵਿੱਚ ਕਰ ਦਿੱਤੀ ਕਿ ਦੇਖੋ ਗੌਰਵੀਆਂ ਚੰਗੀਆਂ ਚੀਜ਼ਾਂ ਅਸੀਂ ਕਹਿੰਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਡਾਪਟ ਨਹੀਂ ਕੀਤੀਆਂ ਹਾਸਲ ਨਹੀਂ ਕੀਤੀਆਂ ਸਗੋਂ ਉਹਨਾਂ ਦੇ ਵਿੱਚ ਝੜੀਆਂ ਮੰਗ ਮੰਦੀਆਂ ਸੀਗੀਆਂ ਕਰਿਆਮਾਂ ਉਹ ਮੰਦੀਆਂ ਕਰਿਆਮਾਂ ਨੂੰ ਕਹਿੰਦੇ ਅਸੀਂ ਪਹਿਲ ਦੇ ਆਧਾਰ ਤੇ ਆਪਣੇ ਮੁਲਕ ਦੇ ਵਿੱਚ ਕਹਿੰਦੇ ਵੀ ਉਹ ਰੱਖ ਲਿਆ ਹੈਗਾ ਤੇ ਜਿਸ ਕਰਕੇ ਕਹਿੰਦੇ ਸਾਡਾ ਜਿਹੜਾ ਧਰਮ ਦਾ ਮੂਲਕ ਸਗਾ ਹਿੰਦੁਸਤਾਨ ਭਾਰਤ ਕੋਈ ਧਾਰਮਿਕ ਮੂਲਕ ਹੁੰਦਾ ਸਗਾ ਅੱਜ ਕਹਿੰਦੇ ਇਹਦੇ ਵਿੱਚੋਂ ਧਰਮ ਜਿਹੜਾ ਹਨ ਖੰਭ ਲਾ ਕੇ ਉੱਡ ਗਿਆ ਹੈਗਾ ਇਸ ਕਰਕੇ ਹਿੰਦੁਸਤਾਨ ਦੇ ਵਿੱਚ ਨਾਸਤਕਤਾ ਜਿਹੜੀ ਵੱਧ ਗਈ ਆ ਪੱਛਮੀ ਪ੍ਰਭਾਵ ਜਿਹੜਾ ਹੈਗਾ ਇਸ ਹਿੰਦੁਸਤਾਨ ਦੇ ਵਿੱਚ ਜ਼ਿਆਦਾ ਆ ਗਿਆ ਹੈਗਾ ਤੇ ਲੋਕੀ ਆਪਣੀ ਜਿਹੜੀ ਸਫਤ ਹੈਗੀ ਉਹ ਦਿਨੋਂ ਦਿਨ ਭੁੱਲ ਰਹੇ ਆ ਤੇ ਇੱਕ ਦਿਨ ਉਹ ਵੀ ਆ ਜਾਣਾ ਜਦੋਂ ਇਥੋਂ ਧਰਮ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਖੰਭ ਲਾ ਕੇ ਉੱਡ ਜਾਊਗਾ ਇਹ ਵਿਚਾਰੇ ਜਿਹੜੇ ਸੀ ਭਾਈ ਸਾਹਿਬ ਹੁਣਾਂ ਨੇ ਉਸ ਆਪਣੇ ਮਿੱਤਰ ਫੌਜੀ ਦੇ ਮਨ ਦੇ ਸਵਾਲ ਦੇ ਜਵਾਬ ਦੇ ਵਿੱਚ ਦਿੱਤੇ ਸੀ ਸੋ ਇੱਕ ਵਾਰ ਕੀ ਹੋਇਆ ਸੀਗਾ ਕਿ ਦੋ ਮਿੱਤਰ ਜਿਨ੍ਹਾਂ ਨੇ ਭਾਈ ਸਾਹਿਬ ਹੁਣਾਂ ਦੀ ਬੜੀ ਉਪਮਾ ਸੁਣੀ ਸੀ ਉਹਨਾਂ ਦੇ ਮਨ ਦੇ ਵਿੱਚ ਸੀਗਾ ਕਿ ਕੋਈ ਐਸਾ ਸਵਾਲ ਆਪਾਂ ਕੱਢੀਏ ਵੀ ਜਿਹਦਾ ਜਵਾਬ ਦੇਣਾ ਭਾਈ ਸਾਹਿਬ ਹੁਣਾਂ ਦੇ ਵਾਸਤੇ ਅਗਰ ਮੁਸ਼ਕਲ ਨਹੀਂ ਹੈ ਤੇ ਇੰਨਾ ਸੌਖਾ ਵੀ ਨਹੀਂ ਹੋਊਗਾ ਇਹ ਸੋਚ ਕੇ ਹਨ ਇਹ ਜਿਹੜੇ ਦੋਨੇ ਮਿੱਤਰ ਸੀ ਇਹਨਾਂ ਨੇ ਕਈ ਗ੍ਰੰਥ ਜਿਹੜੇ ਸੀ ਉਹ ਕੋਖੇ ਉਹਨਾਂ ਸਾਰੇ ਗ੍ਰੰਥਾਂ ਦੇ ਵਿੱਚੋਂ ਪੰਜ ਸਵਾਲ ਕੱਢੇ ਤੇ ਇਹਨਾਂ ਪੰਜਾਂ ਸਵਾਲਾਂ ਦਾ ਜਵਾਬ ਅਸੀਂ ਭਾਈ ਸਾਹਿਬ ਜੀ ਤੋਂ ਲਵਾਂਗੇ ਤੇ ਦੇਖਾਂਗੇ ਕਿ ਭਾਈ ਸਾਹਿਬ ਹੁਣ ਇਹਨਾਂ ਪੰਜਾਂ ਸਵਾਲਾਂ ਦਾ ਜਵਾਬ ਜਿਹੜਾ ਹੈਗਾ ਉਹ ਕਿਸ ਢੰਗ ਨਾਲ ਦਿੰਦੇ ਆ ਇਸ ਕਰਕੇ ਇਹਨਾਂ ਦੋਨਾਂ ਮਿੱਤਰਾਂ ਨੇ ਪੰਜ ਦੇ ਪੰਜ ਸਵਾਲ ਜਿਹੜੇ ਸੀਗੇ ਇਹ ਨੰਬਰ ਵਾਈਜ਼ ਇੱਕ ਕਾਪੀ ਦੇ ਉੱਤੇ ਨੋਟ ਕਰ ਲੈ ਜਾਦ ਉਸ ਕਾਪੀ ਦੇ ਉੱਤੇ ਨੰਬਰ ਵਾਜੇ ਨੋਟ ਕਰ ਲੈ। ਇਹ ਦੋਨੋਂ ਮਿੱਤਰ ਜਿਹੜੇ ਸੀਗੇ ਇਹਨਾਂ ਨੇ ਗੱਡੀ ਦੀ ਟਿਕਟ ਲਈ ਤੇ ਇਹ ਅੰਮ੍ਰਿਤਸਰ ਭਾਈ ਸਾਹਿਬ ਹੁਣਾਂ ਦੇ ਸਥਾਨ ਤੇ ਪਹੁੰਚ ਗਏ। ਜਦ ਪਹੁੰਚੇ ਆ ਜਦੋਂ ਭਾਈ ਸਾਹਿਬ ਹੁਣਾਂ ਦੇ ਸਥਾਨ ਤੇ ਗਏ ਕੀ ਦੇਖਿਆ ਬਹੁਤ ਸੰਗਤ ਬੈਠੀ ਆ ਭਾਈ ਸਾਹਿਬ ਜੀ ਜਿਹੜੇ ਕੁਰਸੀ ਤੇ ਬੈਠੇ ਆ ਤੇ ਸੰਗਤਾਂ ਦੇ ਨਾਲ ਵਜਨ ਬਲਾਸ ਕਰ ਰਹਾ ਹੈ। ਜਦੋਂ ਇਹਨਾਂ ਨੇ ਭਾਈ ਸਾਹਿਬ ਹੁਣਾਂ ਨੂੰ ਵਜਨ ਬਲਾਸ ਕਰਦੇ ਸੁਣਿਆ ਤੇ ਇਹਨਾਂ ਨੇ ਵੀ ਨਮਸਕਾਰ ਕੀਤੀ ਤੇ ਇੱਕ ਜਗ੍ਹਾ ਦੋਨੇ ਜਾ ਕੇ ਬੈਠ ਗਏ। ਤੇ ਹਜੇ ਬਚਨ ਬੁਲਾਸਾ ਚੱਲਦੇ ਰਹਿ ਸੀ ਕਿ ਇਹਨਾਂ ਚੱਲਦੇ ਬਚਨ ਬੁਲਾਸਾ ਵਿੱਚ ਬਚਨ ਬੁਲਾਸਾ ਜਿਹੜਾ ਕਾਂਟਾ ਸੀਗਾ ਦੂਜਿਓਂ ਪਾਸੋਂ ਟੁੱਟ ਗਿਆ ਤੇ ਸਿੱਧਾ ਇਹਨਾਂ ਦੇ ਜਿਹੜੇ ਸਵਾਲ ਕਾਪੀ ਤੇ ਲਿਖੇ ਸੀ ਉਧਰ ਨੂੰ ਚਲੇ ਗਿਆ ਜਦ ਚਲੇ ਗਿਆ ਤਾਂ ਇੱਕ ਇੱਕ ਸਵਾਲ ਦਾ ਜਵਾਬ ਭਾਈ ਸਾਹਿਬ ਹੋਣਾ ਨੇ ਸਾਰੀ ਸੰਗਤ ਦੇ ਵਿੱਚ ਬੜੇ ਹੀ ਸੋਹਣੇ ਢੰਗ ਤਰੀਕੇ ਦੇ ਨਾਲ ਸਾਰੀ ਸੰਗਤ ਨੂੰ ਸਮਝਾਇਆ ਔਰ ਜਦ ਇਹਨਾਂ ਨੇ ਦੇਖਿਆ ਕਿ ਇਹ ਸਵਾਲ ਤਾਂ ਅਸੀਂ ਆਪਣੀ ਕਾਪੀ ਤੇ ਪਹਿਲਾ ਨੰਬਰ 1 ਤੇ ਲਿਖਿਆ ਤੇ ਜਿਹਦਾ ਜਵਾਬ ਭਾਈ ਸਾਹਿਬ ਹੁਣੀ ਸਾਰੀ ਸੰਗਤ ਨੂੰ ਦੇ ਰਹੇ ਆ ਫਿਰ ਦੂਸਰਾ ਸਵਾਲ ਜਿਹੜਾ ਸੀ ਲਿਖਿਆ ਉਹਦਾ ਜਵਾਬੇ ਭਾਈ ਸਾਹਿਬ ਹੁਣਾਂ ਨੇ ਇਸੇ ਬਹੁਤ ਸੋਹਣੇ ਤਰੀਕੇ ਨਾਲ ਫਿਰ ਦੂਸਰੀ ਵਾਰ ਸੰਗਤ ਦੇ ਵਿੱਚ ਦਿੱਤਾ ਇਸੇ ਤਰ੍ਹਾਂ ਤੀਸਰੇ ਸਵਾਲ ਦਾ ਜਵਾਬ ਸੰਗਤ ਨੂੰ ਸੁਣਾਇਆ ਚੌਥੇ ਦਾ ਪੰਜਵੇਂ ਦਾ ਗੱਲ ਕੀ ਆ ਬਿਨਾ ਪ੍ਰਸ਼ਨ ਕੀਤੇ ਬਿਨਾ ਹੀ ਬੋਲੇ ਪੰਜਾਂ ਦੇ ਪੰਜੇ ਜਿਹੜੇ ਸਵਾਲੇ ਲਿਖ ਕੇ ਲਏ ਸੀ ਉਹਨਾਂ ਦਾ ਜਵਾਬ ਜਿਹੜਾ ਸੀਗਾ ਭਾਈ ਸਾਹਿਬ ਹੁਣਾਂ ਨੇ ਬਹੁਤ ਸੁੰਦਰ ਸਚੱਜੇ ਢੰਗ ਦੇ ਨਾਲ ਸੰਗਤਾਂ ਦੇ ਵਿੱਚ ਸੰਝਾ ਕੀਤਾ ਜਦ ਸੰਝਾ ਕੀਤਾ ਦੋਨੇ ਸੱਜਣ ਜਿਹੜੇ ਸੀਗੇ ਇਹਨੇ ਹੈਰਾਨ ਹੋਏ ਕਿ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਪਰ ਹੋਲੀ ਦੇ ਨੇ ਇੱਕ ਜਿਆਦੇ 516 ਦੇ ਜਵਾਬ ਪੂਰੇ ਹੋ ਗਏ ਤੇ ਇੱਕ ਮਿੱਤਰ ਦੂਸਰੇ ਨੂੰ ਕਹਿਣ ਲੱਗਾ ਕਹਿਣ ਲੱਗਾ ਲਓ ਜੀ ਲਿਖ ਲਓ ਸਵਾਲ ਤੇ ਕਰ ਲਓ ਕਹਿੰਦੇ ਸਵਾਲ ਬਿਨਾ ਪਾਈਸਾਬ ਹੁਣਾਂ ਨਾਲ ਗੱਲ ਕੀਤੇ ਮਿਲਾਂ ਸਵਾਲ ਪੜਿਆ ਔਰ ਬਿਨਾ ਕਿਸੇ ਸਵਾਲ ਦੇ ਉੱਤੇ ਬਾਦ-ਬਵਾਦ ਕੀਤੀ ਹਮ ਭਾਈ ਸਾਹਿਬ ਹੁਣਾਂ ਨੇ ਕਿਵੇਂ ਇੱਕ ਇੱਕ ਸਵਾਲ ਦਾ ਜਵਾਬ ਜਿਹੜਾ ਹੈਗਾ ਸੰਗਤ ਚ ਦਿੱਤਾ ਦਿੱਤਾ ਵੀ ਬਿਲਕੁਲ ਨੰਬਰ ਵਾਈਜ਼ ਜਿਸ ਨੰਬਰ ਦੇ ਨਾਲ ਅਸੀਂ ਇਹ ਸਵਾਲ ਆਪਣੀ ਕਾਪੀ ਦੇ ਉੱਤੇ ਅੰਕਿਤ ਕੀਤੇ ਆ ਸੋ ਇਹ ਜਿਹੜੀ ਜਿਹੜੀ ਇੱਕ ਟਰਨਾਮ ਆ ਆਮ ਸੁਧਾਰਨ ਹੁੰਦੀਆਂ ਸੀਗੀਆਂ ਜਿਨ੍ਹਾਂ ਤੋਂ ਭਾਈ ਸਾਹਿਬ ਹੁਣਾਂ ਦੀ ਅੰਤਰਜਾਮਤਾ ਦਾ ਸਾਰੀਆਂ ਸੰਗਤਾਂ ਨੂੰ ਸਹਿਜ ਦੇ ਵਿੱਚ ਪਤਾ ਸਗਿਆ ਇੱਕ ਵਾਰ ਕੀ ਹੋਇਆ ਸਗਾ ਕਿ ਗਰਮੀਆਂ ਦੇ ਦਿਨ ਸੀ ਧੁੱਪ ਨਿਕਲੀ ਸੀਗੀ ਤੇ ਭਾਈ ਸਾਹਿਬ ਹੁਣਾਂ ਦੀਆਂ ਜਿੰਨੀਆਂ ਵੀ ਜੜੀਆਂ ਕਿਤਾਬਾਂ ਸੀਗੀਆਂ ਉਹ ਇਹਨਾਂ ਦੇ ਇੱਕ ਦੋ ਜਿਹੜੇ ਗੁਰਸਿੱਖ ਸੀਗੇ ਉਹਨਾਂ ਨੇ ਕਿ ਕਿਤਾਬਾਂ ਸੀ ਬਾਹਰ ਧੁੱਪੇ ਸੁੱਕ ਲਈਆਂ ਪਾਤੀਆਂ ਜਦ ਧੁੱਪੇ ਸੁੱਕਣੀਆਂ ਸਾਰੀਆਂ ਕਿਤਾਬਾਂ ਪਾਈਆਂ ਉਸ ਤੋਂ ਬਾਅਦ ਭਾਈ ਸਾਹਿਬ ਹੁਣੇ ਜਿਹੜੇ ਸੀਗੇ ਕੁਦਰਤੀ ਇਹਨਾਂ ਦੇ ਕੋਲ ਦੀ ਲੰਗੇ ਜਦ ਲੰਗੇ ਤੇ ਨਾਲ ਦੇ ਸਾਥੀਆਂ ਨੂੰ ਕੁਦਰਤੀ ਕਹਿਣ ਲੱਗੇ ਕਹਿੰਦੇ ਭਾਈ ਕਿਤਾਬਾਂ ਤਾਂ ਤੁਸੀਂ ਬਾਹਰ ਰੱਖ ਦਿੱਤੀਆਂ ਹੈਗੀਆਂ ਅਗਰ ਸ਼ਾਮ ਨੂੰ ਬਾਰਿਸ਼ ਆ ਗਈ ਤਫੀਲ ਭਾਈ ਕਿਤਾਬਾਂ ਵਿੱਚ ਭੇਜਣਗੇ ਇਸ ਕਰਕੇ ਤੁਸੀਂ ਹਣਾ بارش ਤੋਂ ਪਹਿਲਾਂ ਕਿਤਾਬਾਂ ਅੰਦਰ ਚੱਕ ਕੇ ਰੱਖ ਲਿਆ ਜਦ ਇੰਨੀ ਗੱਲ ਹੋਈ ਤਾਂ ਇਹ ਮਿੱਤਰ ਜਿਹੜੇ ਸੀ ਦੋ ਜਿਹਨਾਂ ਨੇ ਕਿਤਾਬਾਂ ਤੋਂ ਬੈ ਸੁੱਕਣੇ ਪਾਈਆਂ ਸੀ ਤਾਂ ਕੋਲ ਹੀ ਕੁਰਸੀਆਂ ਤੇ ਬੈਠੇ ਸੀ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਭਾਈ ਸਾਹਿਬ ਹੁਣੀ ਤਾਂ ਬਿਲਕੁਲ ਸੁਧਾਰਨ ਕਹਿ ਕੇ ਚੱਲ ਗਏ ਕਿ ਪਤਾ ਨਹੀਂ بارش ਆਉਣ ਦਾ ਸਮਾਂ ਹੋ ਗਿਆ ਹੈਗਾ ਲੱਗਦਾ ਸ਼ਾਇਦ ਬਾਦਸ਼ਾਹ ਆ ਜਵੇ ਇਸ ਕਰਕੇ ਤੁਸੀਂ ਕਿਤਾਬਾਂ ਸਾਮਭ ਲੋ بارش ਹੋਣ ਤੋਂ ਪਹਿਲਾਂ ਪਹਿਲਾਂ ਇਹ ਕਹਿ ਕੇ ਤਾਂ ਭਾਈ ਸਾਹਿਬ ਹੁਣੀ ਜਦ ਗਏ ਅੰਦਰ ਇਹ ਦੋਨੇ ਮਿੱਤਰ ਆਪਸੇ ਗੁਸਤਗੂ ਕਰਨ ਲੱਗ ਪਏ ਇੱਕ ਦੂਜੇ ਨੂੰ ਕਹਿਣ ਲੱਗੇ ਵੀ ਅੱਜ ਤੱਕ ਇੰਨੀ ਧੁੱਪ ਹੈਗੀ ਆ ਬੱਦਲ ਦਾ ਕੋਈ ਨਾਮ ਨਿਸ਼ਾਨ ਨਹੀਂ ਹੈਗਾ ਤੇ ਮੀਂਹ ਕਿੱਥੋਂ ਆ ਜਾਣਾ ਹੈਗਾ ਤੇ ਇਸੇ ਤਰ੍ਹਾਂ ਗੱਲ ਕਰਕੇ ਚੁੱਪ ਕਰਕੇ ਜਿਹੜੇ ਸ਼ਾਂਤ ਹੋ ਕੇ ਬੈਠੇ ਕੁਦਰਤੀ ਜਿਹੜੇ ਸੀ ਭਾਈ ਸਾਹਿਬ ਹੁਣਾਂ ਨੂੰ ਇੱਕ ਮਿੱਤਰ ਹੋਰ ਮਿਲਣ ਆ ਗਏ ਜਦ ਹੋਰ ਮਿਲਣ ਆਵੇ ਉਹਨਾਂ ਨੇ ਵੀ ਫਤਿਹ ਬੁਲਾ ਕੇ ਇਹਨਾਂ ਦੋ ਮਿੱਤਰਾਂ ਦੇ ਵਿੱਚ ਆਪਣੀ ਕੁਰਸੀ ਢਾੜੀ ਤੇ ਕਹਿਣ ਲੱਗੇ ਹਾਂ ਸੁਣਾਓ ਜੀ ਕੀ ਗੱਲਬਾਤ ਚੱਲ ਰਹੀ ਆ ਜਦ ਇੰਨੀ ਗੱਲ ਹੋਈ ਤਾਂ ਦੋਨੇ ਮਿੱਤਰ ਕਹਿਣ ਲੱਗੇ ਬਈ ਹੁਣੇ-ਹੁਣੇ ਭਾਈ ਸਾਹਿਬ ਸਾਡੇ ਕੋਲੋਂ ਦੀ ਲੰਘੇ ਆ ਤੇ ਸਾਨੂੰ ਕਹਿਣ ਲੱਗੇ ਕਿ ਮੀਂਹ ਦਾ ਕੋਈ ਪਤਾ ਨਹੀਂ ਹੈਗਾ ਇਸ ਕਰਕੇ ਤੁਸੀਂ ਇਹ ਕਿਤਾਬਾਂ ਜਿਹੜੀਆਂ ਬਾਹਰ ਸੁੱਕਣੇ ਪਾਈਆਂ ਚੱਕ ਕੇ ਹਨ ਅੰਦਰ ਰੱਖ ਦਿਓ ਕਹਿੰਦੇ ਦੇਖੋ ਬਿਲਕੁਲ ਧੁੱਪ ਨਿਕਲੀ ਆ ਸਮਾਨ ਸਾਫ਼ ਹੈ ਮੀਂਹ ਕਿੱਥੋਂ ਆ ਜਾਣਾ ਹੈਗਾ ਜਦ ਇੰਨੀ ਗੱਲ ਹੋਈ ਉਹ ਸੱਜਣਾਂ ਨੇ ਜਦ ਭਾਈ ਸਾਹਿਬ ਹੁਣਾਂ ਦਾ ਨਾਂ ਸੁਣਿਆ ਨਾਲ ਦੀ ਦੋਨੇ ਸੱਜਣਾਂ ਨੂੰ ਕਹਿਣ ਲੱਗੇ ਕਿੰਦੇ ਵੀ ਤੁਹਾਨੂੰ ਭਾਈ ਸਾਹਿਬ ਹੁਣਾਂ ਦੀ ਅੰਤਰਜਾਮਤਾ ਦਾ ਪਤਾ ਨਹੀਂ ਹੈਗਾ ਜੋ ਭਾਈ ਸਾਹਿਬ ਨੇ ਕਹਿਤਾ ਬਲ ਹੋ ਕੇ ਰਹਿਣਾ ਛੇਤੀ ਕੋ ਉਰ ਕਿਤਾਬਾਂ ਇਕੱਠੀਆਂ ਕਰੋ ਉੱਠਦੇ ਸਾਰੇ ਮਿੱਤਰ ਜਿਹੇ ਸੀ ਉਹ ਆਪ ਹੀ ਕਿਤਾਬਾਂ ਇਕੱਠੀਆਂ ਕਰ ਕਰਕੇ ਜਿਹੜੀ ਸੀ ਉਹ ਅੰਦਰ ਰੱਖਣਿਆਂ ਦੇ ਬਜਾਅ ਰੱਖਣ ਲੱਗ ਪਏ ਜਦ ਰੱਖਣ ਲੱਗ ਪਏ ਤੇ ਦੂਸਰੇ ਮਿੱਤਰ ਵੀ ਉਹਨੇ ਵੀ ਦੇਖਿਆ ਵੀ ਇਹ ਤਾਂ ਕਿਤਾਬਾਂ ਰੱਖਣ ਲੱਗ ਪਏ ਉਹ ਵੀ ਨਾਲ ਮਦਦ ਕਰਨ ਲੱਗ ਪਏ ਇਸ ਤਰ੍ਹਾਂ ਕਰਦੇ ਕਰਦੇ ਜਦ ਸਾਰੀਆਂ ਕਿਤਾਬਾਂ ਜਿਹੜੀਆਂ ਸੀਗਾ ਤਕਰੀਬਨ ਰੱਖੀਆਂ ਗਈਆਂ ਤੇ ਰੱਖਦੇ ਸਾਰੀ ਕੀ ਹੋਇਆ ਕਿ ਉਸੇ ਟਾਈਮ ਜਿਹੜਾ ਸੀ ਹਵਾ ਦਾ ਜ਼ੋਰ ਦਾ ਬੋਲਾ ਆਇਆ ਤੇ ਨਾਲ ਹੀ ਜਿਹੜੇ ਸੀ ਕਾਲੇ ਬੱਦਲ ਆਏ ਤੇ ਨਾਲ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਉਸ ਟਾਈਮ 에 ਸੱਜਣ ਦੱਸਦੇ ਆ ਕਿ ਅਸੀਂ ਹਜੇ ਕਿਤਾਬਾਂ ਰੱਖਣੇ ਦੇ ਵਿੱਚ ਰਹਿੰਦੀ ਐ ਸੀਗੀਆਂ ਕਿ ਮੀ ਇੰਨੇ ਜ਼ੋਰ ਦਾ ਆਇਆ ਕਿ ਕਿਤਾਬਾਂ ਰੱਖਦਿਆਂ ਰੱਖਣ ਜਿਹੜੀ ਛੱਤ ਸੀਗੀ ਹੁਣ ਕਹਿੰਦੇ ਉਹ ਵੀ ਚੋਣ ਲੱਪਈ ਤੇ ਜਿਸ ਕਰਕੇ ਥੋੜੀ ਛੱਤ ਜਦ ਚੋਣ ਲੱਗੀ ਸੀ ਤੇ ਕੁਝ ਜਿਹੜੇ ਛੱਤ ਚੋਂਦੇ ਦਾ ਪਾਣੀ ਸਿਕਾ ਇਹਨਾਂ ਕਿਤਾਬਾਂ ਦੇ ਉੱਤੇ ਪੈ ਗਿਆ ਸੀਗਾ ਤੇ ਫੇਰ ਕਹਿੰਦੇ ਉਹ ਜਿਹੜੇ ਉਹ ਦੋ ਮਿੱਤਰ ਸਗੇ ਹਨ ਉਹ ਬੜੇ ਹਾਰਾਂ ਰਹੇ ਕਿ ਕਹਿਣ ਲੱਗੇ ਕਿ ਅਗਰ ਅਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹਿੰਦੇ ਤੇ ਜਿੰਨੀਆਂ ਵੀ ਇਹ ਕਿਤਾਬਾਂ ਦਾ ਅਨਮੋਲ ਖਜ਼ਾਨਾ ਸੀਗਾ ਸਾਰਾ ਹੀ ਮੀਂਹ ਦੇ ਪਾਣੀ ਦੇ ਵਿੱਚ ਭੇਜ ਜਾਣਾ ਸੀਗਾ ਤੇ ਇਸ ਕਰਕੇ ਚੰਗਾ ਹੋ ਗਿਆ ਕਿ ਤੁਸੀਂ ਸਾਨੂੰ ਆ ਗਏ ਆ ਤੇ ਭਾਈ ਸਾਹਿਬ ਹੁਣਾਂ ਦੇ ਕਹਿਣ ਦੇ ਉੱਤੇ ਕਹਿੰਦੇ ਫਿਰ ਤੁਸੀਂ ਜਿਹੜੀ ਸੀ ਫਟਾਫਟ ਕਿਤਾਬਾਂ ਸਾਰੀਆਂ ਚੱਕ ਕੇ ਹੰਦਾ ਰੱਖ ਦਿੱਤੀਆਂ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀਗਾ ਸੋ ਇਹੋ ਆ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੀ ਅੰਤਰਜਾਮਤਾ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੇ ਦਰਸ਼ਨ ਕੀਤੇ ਆ ਉਹਨਾਂ ਨੂੰ ਪਤਾ ਹੈ ਕਿਉਂਕਿ ਭਾਈ ਸਾਹਿਬ ਹੁਣੀ ਅਗਰ ਕੋਈ ਵੀ ਬਚਨ ਸੈਜ ਦੇ ਵਿੱਚ ਬੋਲ ਦਿੰਦੇ ਸੀ ਹਨਾ ਉਹ ਪੂਰਨ ਸਤ ਹੁੰਦਾ ਸੀ ਕਿਉਂ ਕਿ ਪ੍ਰਭ ਜੀ ਬਸੇ ਸਾਧ ਕੀ ਰਸਨਾ ਔਰ ਭਾਈ ਸਾਹਿਬ ਹੁਣਾਂ ਦੀ ਰਸਨਾ ਦੇ ਉੱਤੇ ਪਰਮੇਸ਼ਰ ਦਾ ਬਸ ਆਸੇਗਾ ਐਸੀ ਸੀ ਭਾਈ ਸਾਹਿਬ ਭਾਈ ਸਾਹਿਬ ਭਾਈ ਵੀਰ ਸਿੰਘ ਹੁਣੀ ਐਸੇ ਕਰਕੇ ਗਰਬਾਣੀ ਨੇ ਆਖਿਆ ਕਿ ਇਹੋ ਜਿਹੜੇ ਗੁਰਸਿੱਖ ਜਿੰਦਗੀ ਦੇ ਵਿੱਚ ਕਿਸੇ ਨੂੰ ਵੱਡੇ ਭਾਗਾਂ ਕਰਕੇ ਉਹਨਾਂ ਦੇ ਦਰਸ਼ਨ ਉਪਲਬਧ ਹੁੰਦੇ ਆ ਇਹੋ ਜਿਹਾ ਗੁਰਸਿੱਖਾਂ ਦੇ ਪੈਰਾਂ ਦੇ ਉੱਤੇ ਨਮਸਕਾਰ ਕਰਨੇ ਵੀ ਬਹੁਤ ਵੱਡਾ ਪੁੰਨ ਹੋ ਜਾਂਦਾ ਹੈ ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਜੋ ਦਿਸੇ ਗੁਰਸਿੱਖੜਾ ਤਿਸ ਨਿਵਨ ਦੇ ਲਾਗੂ ਪਾਉ ਜਿਓ ਸੋ ਤਾਂ ਇਨਹੀ ਬਚਨ ਭਾਈ ਸਾਹਿਬ ਹੋਣਾ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੋ ਆ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ